ਆਜੋ ਭਰਾਓ ਆਜੋ 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 ਜਲਦੀ ਆਜੋ ਤੁਹਾਨੂੰ ਚੋਰ ਦੀ ਜਲਦੀ ਆਜੋ ਤੁਹਾਨੂੰ ਚੋਰ ਦੀਆਂ ਗੱਲਾਂ ਸੁਣਾਵਾ ਵੀਰ ਜੀ ਮੁੱਦੇ ਆਪਾਂ ਦੇ ਚੱਕਦੇ ਰਹਿਣਾ ਪਹਿਲੀ ਗੱਲ ਭਰਾਵਾਂ ਸਾਰਿਆਂ ਨੂੰ ਵਹਿਗਰ ਜੀ ਦਾ ਖਾਲਸਾ ਦੇ ਵਹਿਗਰ ਜੀ ਕੀ ਫਤਿਹ ਮੇਰੇ ਮੇਰੇ ਵੀਰੋ ਠੀਕ ਠਾਕ ਹੋਵੋਗੇ ਬਾਬਾ ਚੜਦੀ ਕਲਾ ਤੁਹਾਡੇ ਤੇ ਰੱਖੀ ਹੋਵੇਗੀ ਸਾਰੇ ਭਰਾ ਠੀਕ ਠਾਕ ਹੋਣ ਦੇ ਮਹਾਰਾਜ ਅੱਗੇ ਅਰਦਾਸ ਕਰਾਂਗੇ ਤੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਕਿ ਤੁਹਾਨੂੰ ਚੋਰ ਦੀ ਕੋਈ ਚੋਰ ਦੀ ਕਹਾਣੀ ਦੱਸਾਂ ਚੋਰ ਦੀ ਚੋਰ ਦੀ ਚੋਰ ਦੀ ਸਚਾਈ ਆਈ ਸਾਹਮਣੇ ਚੋਰ ਦੀ ਸਚਾਈ ਆਈ ਸਾਹਮਣੇ ਡਾਕਟਰ ਗੁਰਵਿੰਦਰ ਸਿੰਘ ਚੋਰ ਤੇ ਚੋਰ ਨੂੰ ਚੋਰ ਨੂੰ ਚੋਰ ਨੂੰ ਨੱਥ ਪਾਉਣ ਨੂੰ ਆਪਣਾ ਕੰਮ ਆ ਗਿਆ ਸਾਹਮਣੇ ਚੋਰ ਦੀ ਵੀਡੀਓ ਸੁਣੋ ਚੋਰ ਦੀ ਵੀਡੀਓ ਬੜੀ ਵਾਇਰਲ ਹੋਂਦੀ ਪਈ ਹੈ ਤਾਂ ਬਹੁਤ ਚੋਰ ਲੋਕਾਂ ਨੂੰ ਆਪਣੇ ਮਾਈਪੀ ਸਿੱਖ ਭਰਾਵਾਂ ਨੂੰ ਤੇ ਹਸਾਰੇ ਵੀਰ ਜਿੰਨੇ ਆਪਣੇ ਵੀਰ ਨੇ ਸਾਰਿਆਂ ਨੂੰ ਬੁੱਧੂ ਬਣਾਉਂਦਾ ਪਿਆ ਬੁੱਧੂ ਦੀ ਰਿਕਾਰਡਿੰਗ ਸੁਣੋ ਧਿਆਨ ਨਾਲ ਹਾਂਜੀ ਪੰਜਾਬੀਓ 2020 ਵਿਸਾਖੀ ਵਾਲੇ ਦਿਨ ਮੈਂ 10000 ਸਿੰਘਾਂ ਦੇ ਨਾਲ ਅੰਮ੍ਰਿਤ ਛਕਾਂਗਾ। ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਤੇ ਲਚਰ ਗਾਣੇ ਗਾਉਣ ਵਾਲੇ ਥਮ ਰਿਪੀਟ ਕਰੋ ਨਹੀਂ ਨਹੀਂ ਅਮਰਤ ਅਮਰਤ ਨਹੀਂ ਮਿਸ਼ਕਤਾ ਜੋ ਹੋ ਨਹੀਂ ਸਕਣਾ ਉਹ ਤੇ ਮੈਂ ਸਿਰਫ ਸਮਝਦਾ ਵੀ ਇੰਨਾ ਕਿ ਛੋਟਾ ਛਤੇ ਰਾਜਨੀਤੀ ਜਾਣ ਕੇ ਜੇ ਬਾਲੇ ਸੁੱੱਚੀ ਹੋ ਗਈ ਤੇ ਨਹੀਂ ਰਾਜਨੀਤੀ ਹੁਣ ਚਲੋ ਆਪਸ ਵਿੱਚ ਗੱਲ ਇਹ ਮਤਲਬ ਖੁਦਾ ਕੀ ਮਾਫੀ ਮੈਂ ਸਿੱਖੀ ਵਿਚਾਰਦਾ ਰਹਾ ਤਾ ਦੂਰ ਜਾਊਗਾ ਜੇ ਮੈਂ ਅਮਰਤ ਛਕ ਲਿਆ ਫਿਰ ਬਾਲਮਿਕੀਆਂ ਨੇ ਨਹੀਂ ਮੇਰੇ ਨਾਲ ਜੁੜਨਾ ਨਹੀਂ ਜੁੜ ਸਕੂੰਗਾ ਜੀ ਦੇਖੋ ਇਹ ਸਿਰਫ ਤੁਹਾਡੇ ਤੇ ਮੇਰੇ ਵਿਚ ਭਰਾਵਾਂ ਵਾਲੀ ਗੱਲ ਹੈ ਵੀਰ ਜੀ ਆਂਦਾ ਹੈ ਕਿ ਜੇ ਮੈਂ ਅਵਰਤ ਛਕ ਲਿਆ ਤੇ ਬਾਲਮਿਕੀਆਂ ਨੇ ਮੇਰੇ ਨਾਲ ਨਹੀਂ ਜੁੜਨਾ ਇਹ ਗੱਲਾਂ ਦੀਆਂ ਬੜੀਆਂ ਰਿਕਾਰਡੀਆਂ ਤੇ ਲੀਕ ਕਿਸੇ ਭੈਣ ਨੇ ਕੀਤੀਆਂ ਇਹਦੀਆਂ ਬਹੁਤ ਰਿਕਾਰਡੀਆਂ ਲੀਕ ਹੁੰਦੀਆਂ ਪਈਆਂ ਕਹਿੰਦਾ ਹੈ ਕਿ ਜੇ ਮੈਂ ਅਮਰਤਿ ਛਕ ਲਿਆ ਤੇ ਮੇਰੇ ਨਾਲ ਬਾਲਮਿਕੀਆਂ ਨਹੀਂ ਜੁੜਨਾ ਮੈਂ ਭਰਾਵਾ ਬਾਲਮਿਕੀਓ ਅੱਗੇ ਵੀ ਅਰਦਾਸ ਕਰਾਂਗਾ ਭਰਾਓ ਬਾਲਮਿਕੀਓ ਵੀਰੋ ਤੁਸੀਂ ਸਾਡੇ ਭਰਾ ਜੇ ਕਿ ਇਹਦੇ ਚੋਰ ਦੇ ਮਗਰ ਨਾ ਲੱਗੋ ਚੋਰ ਸਰਕਾਰਾਂ ਦਾ ਬੰਦਾ ਜੇ ਇਹ ਜੇ ਸਰਕਾਰਾਂ ਇਹ ਭਾਲਦਾ ਜੇ ਇਹ ਆਰਐਸ ਦਾ ਬੰਦਾ ਜੇ ਇਹ ਭਾਲਦਾ ਜੇ ਕੁਰਸੀ ਇਹ ਕੁਰਸੀ ਦਾ ਭੁੱਖਾ ਜੇ ਇਹਨੂੰ ਇਹਨੂੰ ਇਹ ਹੈ ਕਿ ਜੇ ਮੇਰੇ ਨਾਲ ਕੋਈ ਪੰਗਾ ਲਵੇ ਜੇ ਮੇਰੇ ਨਾਲ ਕੋਈ ਪੰਗਾ ਲਵੇ ਤੇ ਮੈਂ ਚੁੱਪ ਕਰਕੇ ਸਕਿਉਰਿਟੀ ਲਵਾ ਤੇ ਨਾਲੇ ਮੈਂ ਦਾਵਾ-ਦਾਵਾ ਕੋਈ ਮੈਨੂੰ ਮੰਤਰੀ ਸੰਤਰੀ ਬਣਾ ਦੇਣ ਵੀਰੋ ਜੇ ਮੰਤਰੀ ਬਣ ਗਿਆ ਨਾ ਜੱਟ ਭਰਾਓ ਤੁਹਾਡੇ ਅੱਗੇ ਬੇਨਤੀ ਜਾਦੀ ਮੈਂ ਕਰਨਾ ਕਿ ਜੱਟਾਂ ਭਰਾਵਾਂ ਦਾ ਬਹੁਤ ਡਾਕਟਰ ਗੁਰਵਿੰਦਰ ਸਿੰਘ ਜਿਹੜਾ ਔਟ ਕਵਾਲ ਜਿਹੜਾ ਰੰਗਰੇਟਾ ਆਉਂਦੇ ਆਪ ਨੂੰ ਸ਼ਬਦ ਅੱਗੇ ਲਾਉਂਦਾ ਹੈ ਲਧਿਆਣੇ ਵਾਲਾ ਡਾਕਟਰ ਗੁਰਵਿੰਦਰ ਸਿੰਘ ਰੰਗਰੇਟਾ ਇਹਨੇ ਆਪਣੇ ਜੱਟਾਂ ਦਾ ਬਹੁਤ ਵੱਡਾ ਦੁਸ਼ਮਣ ਹੈ ਬਹੁਤ ਵੱਡਾ ਇਹਨੇ ਆਪਣੇ ਜੱਟਾਂ ਭਰਾਵਾਂ ਨੂੰ ਨਹੀਂ ਜੇ ਬਖਸ਼ਣਾ ਜੇ ਬਣ ਗਿਆ ਕੋਈ ਮੰਤਰੀ ਸ਼ੰਤਰੀ ਤੇ ਵੀਰੋ ਇਹਦੇ ਤੋਂ ਆਪਾਂ ਇਹਨੂੰ ਬੰਨ ਨਹੀਂ ਦੇਣਾ ਮੈਨੂੰ ਬਹੁਤ ਬਾਹਰੋਂ ਕਾਲਾਂ ਆਈਆਂ ਭਰਾਵਾਂ ਦੀਆਂ ਬਾਹਰਲੇ ਦੇਚਾਂ ਵਾਲਿਆਂ ਦੀਆਂ ਕਹਿੰਦੇ ਤੇ ਲਾਈਵ ਹੋ ਇਹਦੀ ਸੱਚਾਈ ਦੱਸ ਇਹ ਬਾਲਮਿਕੀਆਂ ਨੂੰ ਵੀ ਉੱਲੂ ਬਣਾਉਂਦਾ ਬੁੱਧੂ ਤੇ ਮਈਬੀ ਸਿੱਖਾਂ ਭਰਾਵਾਂ ਨੂੰ ਵੀ ਭਰਾਓ ਮੇਰੀ ਗੱਲ ਦੀ ਮਿੰਤ ਵਾਲੀ ਗੱਲ ਜੇ ਮਈਬੀ ਸਿੱਖੋ ਭਰਾਓ ਤੇ ਬਾਲਮਿਕੀਓ ਮੈਂ ਤੁਹਾਡੇ ਅੱਗੇ ਮਿੰਤ ਕਰਨਾ ਸੌਂ ਲੱਗਿਆ ਹੱਥ ਜੋੜ ਕੇ ਮੇਰਾ ਪਿੰਡ ਬਾਜੇ ਗਿਆ ਮੈਂ ਤੁਹਾਨੂੰ ਸਾਰੀ ਸਚਾਈ ਜਿੰਦੀ ਦੱਸਣ ਲੱਗਾ ਕਿ ਆਪਾਂ ਨੂੰ ਬੁੱਧੂ ਬਣਾਉਂਦਾ ਜੇ ਇਹਨੇ ਦਾ ਹਜ਼ਾਰ ਬੰਦੇ ਨਾਲ ਕੋਈ ਅਮਰਤ ਨਹੀਂ ਛਕਿਆ ਔਰੋਂ ਇਹ ਆਪਾਂ ਨੂੰ ਗਲਤ ਆਪਾਂ ਨੂੰ ਇਹ ਆਪਾਂ ਨੂੰ ਇਹ ਗਮਰਾਹ ਕਰਦਾ ਪਿਆ ਇਹਦੇ ਆਪਾਂ ਗਮਰਾਹ ਹੋਣ ਤੋਂ ਬਚਣਾ ਮੈਂ ਤੁਹਾਡੇ ਅੱਗੇ মিনਤ ਕਰਨਾ ਕਿ ਡਾਕਟਰ ਗੁਰਵਿੰਦਰ ਸਿੰਘ ਗ੍ਰਿਟੇ ਅਨੁਸਾਰ ਇਹ ਰਲ ਕੇ ਐਡਾ ਮੋਟਾ ਸੂਆ ਲੈ ਕੇ ਤੇ ਇਹਨੂੰ ਨੱਥ ਮਾਰੀ ਜਾਵੇ ਜਿੰਨਾ ਜਦੋਂ ਵੜਕਾ ਤੇ ਕੋਈ ਸਾਣ ਜਿਹੜਾ ਪੁੱਤਰ ਜੇ ਤੇ ਹਲਕਾ ਕੁੱਤਾ ਹੋ ਜੇ ਨਾ ਉਹਨੂੰ ਹਲਕੇ ਕੁੱਤੇ ਨੂੰ ਮਾਰ ਦੇਣਾ ਚਾਹੀਦਾ ਹੈ ਇਹਨੂੰ ਨੱਥ ਮਾਰ ਦਿਓ ਇਹਨੂੰ ਨੱਥ ਜਿਹੜੀ ਏ ਇਹਨੂੰ ਨੱਥ ਮਾਰ ਦਿਓ ਇਹਨੂੰ ਨੱਥ ਮਾਰ ਦੇਣੀ ਚਾਹੀਦੀ ਏ ਜਦੋਂ ਝੋਟਾ ਕੋਈ ਮਾਰੇ ਤੇ ਪਾਗਲ ਹੋ ਜੇ ਝੋਟਾ ਕੋਈ ਕੁੱਤਾ ਪਾਗਲ ਹੋ ਜੇ ਤੇ ਉਹਨੂੰ ਤੁਹਾਨੂੰ ਪਤਾ ਕੀ ਕਰਦੇ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਏ ਆਪਣੇ ਕੀ ਭਰਾ ਕਰਦੇ ਹੁੰਦੇ ਆ ਤੇ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਭਰਾਓ ਦੱਬ ਕੇ ਵੀਡੀਓ ਸ਼ੇਅਰ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਤੱਕ ਵੀਡੀਓ ਪਹੁੰਚ ਜੇ ਤੇ ਉਹਨੂੰ ਮੈਂ ਇਹ ਕਹਿੰਦਾ ਹਾਂ ਰੰਗਰੇਟਿਆ ਤੂੰ ਆਪਦੇ ਨਾਂ ਦੇ ਮਗਰ ਡਾਕਟਰ ਗੁਰਵਿੰਦਰ ਸਿੰਘ ਰੰਗਰੇਟਾ ਲੈ ਲਾ ਤੂੰ ਕੱਲਾ ਡਾਕਟਰ ਹੀ ਬਣ ਜਾ ਹੱਸਦਾ ਤੇ ਕੁੱਤੇ ਵਾਲੀ ਪਕਾਈ ਆਪਦੀ ਕਰੀਆ ਕਰਦੇ ਨਾ ਜੱਟਾਂ ਭਰਾਵਾਂ ਨੂੰ ਲੜਾ ਨਾ ਮਈ ਵੀ ਸਿੱਖ ਭਰਾਵਾਂ ਨੂੰ ਆਪਸ ਵਿੱਚ ਲੜਾ ਤੇ ਨਾ ਕਿਸਿਆਂ ਨੂੰ ਕਿਸੇ ਜਾਤ ਦੇ ਭਰਾਵਾਂ ਨੂੰ ਨਾ ਲੜਾਏ ਸਾਰੇ ਇੱਕ ਨੇ ਤੇ ਤੂੰ ਬੰਦਾ ਬਣ ਜਾ ਤੂੰ ਆਪਦੀਆਂ ਚੌਧਰਾਂ ਦਾ ਭੁੱਖਾ ਐ ਤੂੰ ਤੇਰੀ ਤੇ ਜੇ ਕਹਾਣੀ ਦੱਸੀਏ ਤੇਰੀ ਤੇ ਜੇ ਕਹਾਣੀ ਦੱਸੀਏ ਤੇ ਤੂੰ ਕਿੰਨਾ ਵਾਲਾ ਆਪਦਾ ਬੱਚੇ ਵਿਆਹੇ ਨੇ ਤੂੰ ਪਹਿਲਾਂ ਦੱਸ ਤੂੰ ਆਪਦੇ ਬੱਚੇ ਕਿਹੜੀ ਬਰਾਦਰੀ ਵੱਲ ਵਿਆਹੇ ਨੇ ਤੂੰ ਆਪਦਾ ਦੱਸ ਪਹਿਲਾਂ ਤੂੰ ਆਪਦੇ ਬੱਚੇ ਕਿਹੜੀ ਬਰਾਦਰੀ ਵੱਲ ਵਿਆਹੇ ਨੇ ਤੂੰ ਤੇ ਦੱਸ ਪਹਿਲਾਂ ਹੈ ਭਰਾਓ ਤੁਸੀਂ ਦੱਸੋਗੇ ਨੇ ਕਿਹੜੀ ਬਰਾਦਰੀ ਵੱਲ ਆਪਦੇ ਬੱਚੇ ਵਿਆਹੇ ਨੇ ਤੁਸੀਂ ਦੱਸੋ ਤੁਸੀਂ ਦੱਸੋ ਇਹਨੇ ਇਹਨੇ ਵਿਆਹ ਇਹਨੇ ਚੇਤਾ ਭੁੱਲ ਗਿਆ ਏ ਇਹਨੇ ਆਪਦੇ ਆਪਦੀ ਆਪਦੀ ਕੁੜੀ ਦਾ ਰਿਸ਼ਤਾ ਪਤਾ ਨਹੀਂ ਮੈਨੂੰ ਮਾੜਾ ਤੁਸੀਂ ਦੱਸ ਦਿਓ ਕਿੰਨਾਵਲ ਵਿਆਹ ਇਹਨੇ ਮੈਂ ਬੋਲ ਦੇਣਾ ਪਿਆਬੀ ਜੀ ਕਮੈਂਟ ਕਰਕੇ ਮੈਨੂੰ ਚੇਤਾ ਭੁੱਲ ਗਿਆ ਸਹੀ ਪੁੱਛੇ ਨਹੀਂ ਚੇਤਾ ਆਉਂਦਾ ਇਹ ਆ ਆਪਦੀ ਗੱਲ ਕਰੇ ਮੈਂ ਗੱਲ ਕਹਿੰਦਾ ਮੈਂ ਸਾਰੇ ਭਰਾਵਾਂ ਨੂੰ ਜਿੰਨੇ ਨੇ ਵੀਰ ਬਾਲਮੀ ਕੀਏ ਅਸੀਂ ਉਹਨਾਂ ਦੀ ਇੱਜ਼ਤ ਕਰਨੇ ਸਾਡੇ ਭਰਾ ਏ ਰੰਗਰੇਟੇ ਰੰਗਰੇਟਿਆਂ ਨੇ ਤੇ ਕਹੇਤਾ ਏ ਰੰਗਰੇਟਿਆਂ ਨੇ ਤੇ ਕਹੇਤਾ ਏ ਕਿ ਇਹ ਸਾਡਾ ਕੋਈ ਨਹੀਂ ਸਾਡੇ ਮਗਰੋਂ ਬਾਬੇ ਬੁੱਢਾ ਢਾਲ ਵਾਲੇ ਬਾਬੇ ਮੇਜਰ ਸਿੰਘ ਨੇ ਵੀ ਤੇ ਮੁਸਲਮਾਨਾਂ ਨਾਲ ਵਿਆਹੀ ਹਾਂ ਮੁਸਲਮਾਨਾਂ ਨਾਲ ਸੱਚੇ ਜੇ ਤੁਸੀਂ ਹਾਂ ਅੱਜ ਫਿਰ ਪੰਗਾ ਪੈ ਗਿਆ ਬੜਾ ਜੱਟਾਂ ਨਾਲ ਹਾਂ ਇਹਨੇ ਇਹਨੇ ਬਾਈ ਜੀ ਵਿਆਹੀ ਇਹਨੇ ਵਿਆਹੀ ਆਦੀ ਲੜਕੀ ਮੁਸਲਮਾਨਾਂ ਵਾਲੇ ਨੂੰ ਕਿ ਨਹੀਂ ਵਿਆਹੀ ਦੱਸ ਹਾਂ ਤੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਕਿੰਨੇ ਤੱਕ ਪਹੁੰਚ ਜੇ ਇਹਨੂੰ ਇਹਨੂੰ ਇਹ ਆਗੇ ਤੂੰ ਨਾ ਅੱਗੇ ਨੇ ਕੁੜੀ ਯਾਰ ਆਪਣੀ ਧੀ ਪਸਾ ਛੱਡੀ ਉੱਥੇ ਜੇਲ੍ਹ ਦੇ ਵਿੱਚ ਕੁੜੀ ਵਕੀਲ ਮੰਦੀਪ ਮੰਦੀਪ ਕੌਰ ਗਿੱਲ ਇਹਨੇ ਬੇਫਾਇਦਾ ਪਰਚਾ ਕਰਾ ਛੱਡਿਆ ਨੁੰਦਾ ਹਾਂ ਆ ਤਰਨਤਾਰ ਵਾਲੇ ਲਾਲੀ ਹਰੀ ਵੀ ਇਹਨੂੰ ਡੋਕਾ ਦਾਣਾ ਚੰਗਾ ਦਿੰਦੇ ਤੇ ਬਾਬਾ ਦੀਪ ਸਿੰਘ ਖਾਲਸਾ ਵੀ ਇਹਨੂੰ ਚੰਗਾ ਡੋਕਾ ਦਾਣਾ ਦਿੰਦੇ ਇਹਨੂੰ ਐਵੇਂ ਡੋਕੇ ਦਾਣੇ ਦਿਆ ਕਰ ਫੇਰ ਹੀ ਹਟੇਗਾ ਤੇ ਇਹਨੂੰ ਨੱਥ ਮਾਰੋ ਚੰਗੀ ਟਿਕਾ ਕੇ ਸਾਰੇ ਸਾਰੇ ਭਰਾਵਾਂ ਨੂੰ ਏਕਾ ਕਰਨਾ ਚਾਹੀਦਾ ਹੈ ਹਾਂ ਨਹੀਂ ਜਿੰਨੇ ਆਪਾਂ ਨੂੰ ਲੜਾ ਲੜਾ ਕੇ ਮਾਰ ਦੇਣਾ ਮੈਂ ਤਾਂ ਜਿੱਦਣ ਮੇਰੇ ਘਰੇ ਕਿਤੇ ਚ ਡਿੱਕੇ ਆ ਗਿਆ ਮੈਂ ਤਾਂ ਐਡਾ ਸੂਆ ਦੇ ਨੱਕ 'ਚ ਤੰਨ ਕੇ ਉਹਦੇ درخت ਨਾਲ ਬੰਨ ਦੇਣਾ ਐਡੇ ਨਾਲ ਐਡੇ درخت ਨਾਲ ਉਹ ਡਾਕਟਰ ਗੁਰਵਿੰਦਰ ਸਿੰਘ ਤੂੰ ਆ ਜਾ ਟਿਕ ਜਾ ਤੇਰੀਆਂ ਕਰਤੂਤਾਂ ਸਾਹਮਣੇ ਆ ਗਈਆਂ ਤੇ ਲੋਕਾਂ ਦੇ ਸਾਹਮਣੇ ਆਈ ਪੇਸ਼ ਕਰੀ ਆਉਣੀਆਂ ਤੇਰੀਆਂ ਕਰਤੂਤਾਂ ਤੇ ਤੂੰ ਬਾਜ ਜਾ ਤੂੰ ਬਾਜ ਜਾ ਸਿਆਣਾ ਬੰਜਾ ਬਾਜਾ ਨਾ ਇੱਕ ਨਾ ਫਿਰ ਰਿਕਾਰਡਿੰਗ ਸੁਣਾਉਣਾ ਜਿਹੜੇ ਭਰਾ ਨਵੇਂ ਜੁੜੇ ਨਾਲ ਇਹਦੀ ਰਿਕਾਰਡਿੰਗ ਆ ਬਾਈ ਬੜੀਆਂ ਮੇਰੇ ਕੋਲ ਪਈਆਂ ਹੈ ਮੈਂ ਇਹਦੀਆਂ ਰਿਕਾਰਡਿੰਗਾਂ ਇੰਸਟਾਗ੍ਰਾਮ ਤੇ ਪਾ ਦੇਣੀਆਂ ਐ ਪ੍ਰਧਾਨ ਮੰਤਰੀ ਬਾਜੇ ਕੇ ਇੰਸਟਾਗ੍ਰਾਮ ਤੇ ਆ ਉਹਦੇ ਤੋਂ ਇਹਦੀਆਂ ਰਿਕਾਰਡਿੰਗਾਂ ਸੁਣ ਲਿਆ ਜੇ ਸਾਰੀਆਂ ਰਿਕਾਰਡਿੰਗਾਂ ਅੱਜ ਹੀ ਪਾ ਦੇਣੀਆਂ ਮੈਂ ਅੱਜ ਹੀ ਤੁਹਾਨੂੰ ਸੁਣਾਉਣਾ ਇਹਦੀ ਇਹਦੀ ਗੱਲ ਇਹ ਐ ਹੋ ਜਾ ਤੇ ਹਾਂਜੀ ਪੰਜਾਬੀਓ 2020 ਵਿਸਾਖੀ ਵਾਲੇ ਦਿਨ ਮੈਂ ਹਜ਼ਾਰ ਸਿੰਘਾਂ ਦੇ ਨਾਲ ਅੰਮ੍ਰਿਤ ਛਕਾਂਗਾ। ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਤੇ ਲਚਰ ਕਾਣੇ ਗਾਉਣ ਵਾਲੇ। ਬੰਮ ਇਹ ਤਾਂ ਮੈਂ ਨਹੀਂ ਨਹੀਂ ਅੰਮ੍ਰਿਤ ਅੰਮ੍ਰਿਤ ਨਹੀਂ ਮਿਸ਼ਕਤ ਆ। ਉਹ ਨਹੀਂ ਸਕਣਾ ਉਹ ਤੇ ਮੈਂ ਸਿਰਫ ਸਮਝ ਲੋ ਵੀ ਇੰਨਾ ਕਿ ਛੋਟਾ ਛਤੇ ਰਾਜਨੀਤੀ ਜਾਣ ਕੇ ਜਿਬਾ ਲੀ ਸੱਚੀ ਹੋ ਗਈ ਤੇ ਨਹੀਂ ਰਾਜਨੀਤੀ ਹੋਣੀ। ਚਲੋ ਆਪਾਂ ਚ ਗੱਲਿਆ ਮਤਲਬ ਗੱਲ ਆਖੀ ਦੀ ਮਾਫੀ। ਮੈਂ ਸਹੀ ਵਿਚਾਰ ਤਾਂ ਰੱਥ ਗੂਰ ਜੇ ਮੈਂ ਅਮਰਤ ਛਕ ਲੈ ਫਿਰ ਬਲਮਿਕੀਆਂ ਨੇ ਨਹੀਂ ਇਹ ਨਾਲ ਜੁੜਨਾ ਯਾਨੀ ਨਹੀਂ ਜੋੜ ਸਕੂੰਗਾ ਜੀ ਤੇ ਕੋਈ ਇਹ ਸਿਰਫ ਤੁਹਾਡੇ ਤੇ ਮੇਰੇ ਚ ਭਰਾਵਾਂ ਵਾਲੀ ਗੱਲ ਹੈ ਮੈਂ ਕਹਿੰਦਾ ਹੈ ਕਿ ਮੈਂ ਅਮਰਤ ਨਾਲ ਝੂਠ ਮਾਰਿਆ ਮੈਂ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਇਹਦੀ ਕਰਤੂਤਾਂ ਵੇਖੋ ਕਿੱਡੀਆਂ ਮਾੜੀਆਂ ਨੇ ਕਰਤੂਤਾਂ ਕਿੱਡੀਆਂ ਮਾੜੀਆਂ ਕਰਦਾ ਇਹਨੂੰ ਯਾਰ ਸ਼ਰਮ ਆਉਣੀ ਚਾਹੀਦੀ ਡਾਕਟਰਾਂ ਇੰਨਾ ਤੇ ਤੂੰ ਨਾ ਗਿਰ ਇੱਕ ਆਪਦੀ ਚੌਧਰ ਪਿੱਛੇ ਤੂੰ ਇੰਨਾ ਗਿਰ ਗਿਆ ਇੰਨਾ ਗਿਰ ਗਿਆ ਤੂੰ ਤਾਂ ਕੁੱਤੇ ਤਰਾ ਹਲਕਾ ਹੋ ਗਿਆ ਹਾਂ ਨਾ ਬੰਦਾ ਬਾਂਜਾ ਬੰਦਾ ਬਾਂਜਾ ਤੂੰ ਸਕਿਉਰਿਟੀ ਲੈਣਾ ਚਾਹਣਾ ਸੂਰੀ ਹਰਾਂ ਤਰਾਂ ਬਾਂਦਰ ਹਰਾਂ ਤਰਾਂ ਜਿਵੇਂ ਸੂਰੀ ਬਾਂਦਰ ਹਰਾਂ ਸਕਿਉਰਿਟੀ ਲਈਏ ਉਵੇਂ ਤੇਰੀ ਇਰਾਦਾ ਮੈਂ ਵੀ ਲਵਾ ਆਪਦੇ ਘਰੇ ਐਵੇਂ ਹੀ ਆਪਦੇ ਮਗਰ ਹਮਲਾ ਕਰਾ ਕੇ ਤੇਰੇ ਵਰਗੇ ਸਕਿਉਰਿਟੀ ਭਾਲ ਦੇ ਨੇ ਹਾਂ ਉਹ ਜਿਹਨੇ ਰਾਤ ਲਾਨ ਕੀਤਾ ਸੀ ਕਿ ਮੈਂ ਲੱਖ ਰੁਪਈਆ ਦਿਆਂਗਾ ਬਾਵੇ ਦਾ ਮੂੰਹ ਕਾਲਾ ਕਰਨ ਉਹ ਵੀ ਸਕਿਉਰਿਟੀ ਭਾਲ ਦੇ ਉਹਦਾ ਮੂੰਹ ਕਾਲਾ ਜੇ ਲੁਧਿਆਣੇ ਵਾਲੇ ਦਾ ਕੋਈ ਕਰੇਗਾ ਸੇਵ ਸੈਣੀ ਦਾ ਤੇ ਮੈਂ 2 ਲੱਖ ਰੁਪਈਆ ਦਿਆਂਗਾ ਇਹ ਲੁਧਿਆਣੇ ਵਾਲੇ ਦਾ ਕੋਈ ਮੂੰਹ ਕਾਲਾ ਕਰੇਗਾ ਇਹ ਲੁਧਿਆਣੇ ਵਾਲਾ ਤੇ ਡਾਕਟਰ ਇਕੱਠੇ ਹੀ ਨੇ ਸਾਰੇ ਆਰਐਸ ਦਾ ਬੰਦਾ ਹੀ ਏ ਹਾਂ ਇਹ ਹਿੰਦੂਆਂ ਭਰਾਵਾਂ ਨੂੰ ਸਿੱਖਾਂ ਨੂੰ ਮਈ ਵੀ ਸਿੱਖਾਂ ਨੂੰ ਤੇ ਰਾਮਗੜੀਆਂ ਨੂੰ ਸਾਰੇ ਭਰਾਵਾਂ ਨੂੰ ਇਹ ਲੜਾਉਂਦਾ ਪਿਆ ਤੇ ਇਹਨਾਂ ਨੂੰ ਨੱਥਾ ਨੱਥ ਮਾਰਨ ਵਾਲਾ ਕੋਈ ਯੋਧਾ ਇਸ ਧਰਤੀ ਤੇ ਪੜੀ ਕਦੋਂ ਆਉਣਾ ਜਦੋਂ ਇਹਨਾਂ ਨੂੰ ਨੱਥ ਮਾਰੇਗਾ ਇਹਦੇ ਹਲਕੇ ਕੁੱਤੇ ਤਰ੍ਹਾਂ ਪੁੱਤਰੇ ਫਿਰਦੇ ਨੇ ਜਿਵੇਂ ਹਲਕਾ ਕੁੱਤਾ ਪੁੱਤਰ ਆ ਤੇ ਬੰਜਾ ਬੰਦਾ ਭਰਾਓ ਮਈ ਵੀ ਸਿੱਖੋ ਤੁਸੀਂ ਗੁੱਸਾ ਨਾ ਕਰਿਆ ਜੇ ਇਹ ਇੰਬਾਬੇ ਮੇਜਰ ਸਿੰਘ ਨੇ ਕਹਿਤਾ ਗੇ ਰੰਗਰੇਟਾ ਨਹੀਂ ਗਾ ਇਹਦਾ ਲੜਾਉਂਦਾ ਏ ਬਾਂਦਰ ਆਪਾਂ ਨੂੰ ਤੇ ਬਾਂਜੋ ਬੰਦੇ ਤੁਸੀਂ ਵੀ ਹਾਂ ਇਹ ਕਦੀ ਕਿੰਦੇ ਮਗਰ ਪੈ ਜਾਂਦਾ ਕਦੀ ਇਹ ਮਖੂ ਦੇ ਮਗਰ ਪੈ ਜਾਂਦਾ ਵੀਰ ਜਿਹੜਾ ਮਖੂ ਇੰਟਰਵਿਊ ਕਰਦਾ ਹੈ ਹਾਂ ਕਦੀ ਉਹਦੇ ਮਗਰ ਪੈ ਜਾਂਦਾ ਕਦੀ ਕਿੰਦੇ ਮਗਰੇ ਦੇ ਆਏ ਆ ਜਿਵੇਂ ਕੁੱਤਾ ਦਾੜੀ ਆਉਂਦਾ ਸਾਰਿਆਂ ਨੂੰ ਵੂ 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 ਐਂ ਕਰਦਾ ਵੂ 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 ਐਂ ਕਰਦਾ ਜਿਵੇਂ ਕੁੱਤਾ ਨਹੀਂ ਦਾੜਦੇ ਹੁੰਦੇ ਐ ਕੁੱਤਾ ਦਾੜਦਾ ਹਾਂ ਵਾ 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 ਐਂ ਕਰਦਾ ਤੇ ਇਹ ਕੁੱਤਾ ਐ ਤੇ ਕੁੱਤੇ ਤਰ੍ਹਾਂ ਦੇ ਇਹਨੂੰ ਕੁੱਤੇ ਨੂੰ ਨਾ ਦਵਾਈ ਦੂਈ ਪਾ ਦਿਓ ਆਪੇ ਕੁੱਤਾ ਮਗਰੋਂ ਲੈ ਜੇ ਤੇ ਕੁੱਤੇ ਦਾ ਇਲਾਜ ਕਰਾਇਆ ਜਾਵੇ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਵੈਗਰਜੀ ਦਾ ਖਾਲਸਾ ਤੇ ਵੈਗਰਜੀ ਕੀ ਫਤੇ ਡਾਕਟਰ ਗੁਰਵਿੰਦਰ ਸਿੰਘ ਅਗਰੇਟੇ ਨੂੰ ਪਹੁੰਚਾ ਦਿਓ ਛੇ ਦਾ ਆਪੇ ਹੀ ਨਾ ਤੁੰ ਨੂੰ ਵਾਜ ਜੀ